ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਲਾਈਵ ਹੋਏ ਹਾਂ ਜੀ ਤੁਸੀਂ ਗੁਰੂ ਨਾਨਕ ਸਿੰਘ ਚੜੂਨੀ ਜੀ ਦੇ ਪੇਜ 'ਤੇ, ਔਰ ਦੇਖ ਸਕਦੇ ਹੋ ਹਜ਼ਾਰਾਂ ਗੱਡੀਆਂ ਦਾ ਕਾਫਿਲਾ ਜਿਹੜਾ ਹੈ ਉਹ ਲੈ ਕੇ ਰਵਾਨਾ ਹੋ ਰਹੇ ਨੇ ਗੁਰੂ ਨਾਨਕ ਸਿੰਘ ਚੜੂਨੀ ਡੇਰਾ ਬਾਬਾ ਨਾਨਕ ਤੋਂ। ਜੀ ਹਾਂ, ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਏ ਨੇ, ਔਰ ਸਿੱਧੀ ਤਸਵੀਰਾਂ ਤੁਹਾਨੂੰ ਜੋੜ ਰਹੇ ਹਾਂ। ਹਜ਼ਾਰਾਂ ਗੱਡੀਆਂ ਦਾ ਇੱਕ ਵੱਡਾ ਕਾਫਿਲਾ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਪੁਖਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਕੀਤੇ ਗਏ ਨੇ। ਬਿਲਕੁਲ ਜੀ, ਦੱਸ ਦਈਏ ਡੇਰਾ ਬਾਬਾ ਨਾਨਕ ਤੋਂ ਇੱਕ ਵੱਡਾ ਕਾਫਿਲਾ ਗੱਡੀਆਂ ਦਾ ਲੈ ਕੇ ਅੱਜ ਜਿਹੜਾ ਕਿ ਵੱਖ ਵੱਖ ਪੰਜਾਬ ਦੇ ਸ਼ਹਿਰਾਂ ਤੋਂ ਹੁੰਦੇ ਹੋਏ ਕਾਫਲਾ ਰਵਾਨਾ ਹੋਣਾ ਹੈ, ਅਤੇ ਰਾਤ ਫਤਿਹਗੜ੍ਹ ਸਾਹਿਬ ਜਿਹੜਾ ਰੁਕਣਾ ਉਹ ਕਾਫਲਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ। ਸਿੱਧੀਆਂ ਲਾਈਵ ਤਸਵੀਰਾਂ ਨੇ ਜੀ ਹਾਂ, ਡੇਰਾ ਬਾਬਾ ਨਾਨਕ ਤੋਂ ਹਜ਼ਾਰਾਂ ਗੱਡੀਆਂ ਦਾ ਕਾਫਲਾ, ਪੰਜਾਬ ਦੇ ਲੋਕਾਂ ਦੇ ਹਜ਼ਾਰਾਂ ਗੱਡੀਆਂ ਦਾ ਕਾਫਲਾ, ਹਜ਼ਾਰਾਂ ਗੱਡੀਆਂ ਦਾ ਕਾਫਲਾ ਲੈ ਕੇ ਰਵਾਨਾ ਹੋਏ ਨੇ ਗੁਰੂ ਨਾਨਕ ਸਿੰਘ ਚੜੂਨੀ ਕਿਸਾਨ ਆਗੂ। ਗੁਰੂ ਨਾਨਕ ਸਿੰਘ ਚੜੂਨੀ ਵੇਖ ਸਕਦੇ ਹੋ, ਬਹੁਤ ਹੀ ਵੱਡਾ ਕਾਫਿਲਾ ਜਿਹੜਾ ਹੈ ਇੱਥੋਂ ਰਵਾਨਾ ਹੋ ਚੁੱਕਿਆ ਹੈ, ਔਰ ਹਜ਼ਾਰਾਂ ਗੱਡੀਆਂ ਜਿਹੜੀਆਂ ਕਿ ਇੱਥੋਂ ਚੱਲ ਚੁੱਕੀਆਂ ਨੇ। ਸਿੰਘੂ ਬਾਰਡਰ ਦੇ ਲਈ ਹਮੇਸ਼ਾ ਇੱਕ ਵੱਡਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਨੇ ਗੁਰੂ ਨਾਨਕ ਸਿੰਘ ਚੜੂਨੀ, ਔਰ ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਦਾ ਬੇਇੰਤਿਹਾ ਜਿਹੜਾ ਪਿਆਰ ਮਿਲ ਰਿਹਾ ਉਹ ਤੁਹਾਡੇ ਸਾਹਮਣੇ ਹੈ। ਬਿਲਕੁਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ, ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਕਾਫਿਲਾ ਲੈ ਕੇ ਰਵਾਨਾ ਹੋਏ ਨੇ ਗੁਰੂ ਨਾਨਕ ਸਿੰਘ ਚੜੂਨੀ। ਸਿੱਧੀਆਂ ਲਾਈਵ ਤਸਵੀਰਾਂ, ਕਿਸਾਨ ਆਗੂ ਗੁਰੂ ਨਾਨਕ ਸਿੰਘ ਚੜੂਨੀ ਰਵਾਨਾ ਹੋਏ ਨੇ ਜੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ। ਹਜ਼ਾਰਾਂ ਗੱਡੀਆਂ ਦਾ ਕਾਫਿਲਾ ਜਿਹੜਾ ਹੈ ਉਹ ਲੈ ਕੇ ਰਵਾਨਾ ਹੋ ਚੁੱਕੇ ਨੇ, ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਪਿਆਰ, ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਪਿਆਰ ਦਿੱਤਾ ਜਾ ਰਿਹਾ, ਔਰ ਪੰਜਾਬ ਦਾ ਪੁਲਿਸ ਦਲ ਬਲ, ਭਾਰੀ ਦਲ ਬਲ ਪੁਲਿਸ ਦਾ, ਪੰਜਾਬ ਪੁਲਿਸ ਦਾ ਮੌਕੇ 'ਤੇ ਮੌਜੂਦ ਹੈ। ਬਿਲਕੁਲ ਜੀ, ਪੰਜਾਬ ਪੁਲਿਸ ਦੀ ਭਾਰੀ ਦਲ ਬਲ ਜਿਹੜਾ ਹੈ ਉਹ ਮੌਕੇ 'ਤੇ ਮੌਜੂਦ ਹੈ। ਦੇਖ ਸਕਦੇ ਹੋ ਲਾਈਵ ਤਸਵੀਰਾਂ, ਬਹੁਤ ਵੱਡਾ ਕਾਫਿਲਾ ਰਵਾਨਾ ਹੋ ਚੱਲਿਆ ਡੇਰਾ ਬਾਬਾ ਨਾਨਕ ਤੋਂ। ਵੱਡਾ ਕਾਫਿਲਾ ਰਵਾਨਾ ਹੋਇਆ, ਨਾਲ ਲਾ ਲੈ ਵੀਰ ਅਮਰਜੀਤ ਹੋਣੀ ਵੀ ਮੌਕੇ ਤੇ ਮੌਜੂਦ ਨੇ। ਵੱਡਾ ਕਾਫਲਾ ਲੈ ਕੇ ਰਵਾਨਾ ਹੋ ਰਹੇ ਨੇ ਡੇਰਾ ਬਾਬਾ ਨਾਨਕ ਤੋਂ, ਸਿੱਧੀਆਂ ਲਾਈਵ ਤਸਵੀਰਾਂ 'ਚ ਜੋੜ ਰਹੇ ਹਾਂ ਜੀ ਗੁਰੂ ਨਾਨਕ ਸਿੰਘ ਚੜੂਨੀ ਦੇ ਫੇਸਬੁੱਕ ਪੇਜ 'ਤੇ। ਤੁਸੀਂ ਵੇਖ ਸਕਦੇ ਹੋ ਕਿ ਵੱਡਾ ਕਾਫਿਲਾ ਲੈ ਕੇ ਰਵਾਨਾ ਹੋਏ ਨੇ ਗੁਰੂ ਨਾਨਕ ਸਿੰਘ ਚੜੂਨੀ। ਬਿਲਕੁਲ ਜੀ, ਇੱਕ ਵੱਡਾ ਕਾਫਿਲਾ ਲੈ ਕੇ ਰਵਾਨਾ ਹੋਏ ਨੇ ਗੁਰੂ ਨਾਨਕ ਸਿੰਘ ਚੜੂਨੀ, ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਪੁੱਜਦੀਆਂ ਕਰ ਰਹੇ ਹਾਂ। ਬਿਲਕੁਲ ਜੀ, ਗੁਰੂ ਨਾਨਕ ਸਿੰਘ ਚੜੂਨੀ ਜੀ ਦੇ ਫੇਸਬੁੱਕ ਪੇਜ 'ਤੇ ਲਾਈਵ ਇਸ ਸਮੇਂ, ਔਰ ਦੇਖ ਸਕਦੇ ਹੋ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਵੱਲੋਂ ਦਾ ਪਿਆਰ ਦਿੱਤਾ ਜਾ ਰਿਹਾ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਰਿਹਾ ਸੀ। ਲਾਈਵ ਤਸਵੀਰਾਂ ਗੁਰੂ ਨਾਨਕ ਸਿੰਘ ਚੜੂਨੀ ਜੀ ਰਵਾਨਾ ਹੋਏ ਹੈ, ਔਰ ਪੰਜਾਬ ਕੇ ਲੋਕੋਂ ਕਾ ਪਿਆਰ ਆਪ ਦੇਖ ਸਕਦੇ ਹੈਂ, ਹਜ਼ਾਰੋਂ ਗਾੜੀਓਂ ਕਾ ਕਾਫਿਲਾ ਸਾਥ ਹੈ। ਬਿਲਕੁਲ ਲਾਈਵ ਤਸਵੀਰੇ, ਚਲੋ ਜੀ ਚਲੋ।